ਪੰਜਾਬ ਵਿੱਚ ਲੋਕਡਾਊਨ ਦੀ ਵਜ੍ਹਾ ਨਾਲ ਘਰਾਂ ਵਿੱਚ ਬੰਦ ਉਮਰਦਰਾਜ ਲੋਕਾਂ ਲਈ ਪੰਜਾਬ ਪੁਲਿਸ ਦੇ ਜਵਾਨ ਮਸੀਹੇ ਬਣ ਕੇ ਬੌੜ ਰਹੇ ਹਨ। ਉਹਨਾਂ ਦੇ ਘਰ ਜਾ ਕੇ ਉਹਨੂੰ ਰਾਸ਼ਨ ਪਹੁੰਚਾਇਆ ਜਾ ਰਿਹਾ ਹੈ। ਉਹਨਾਂ ਦਾ ਹਾਲਚਾਲ ਪੁੱਛਿਆ ਜਾ ਰਿਹਾ ਹੈ। ਇੱਕ ਐਂਜੂਰੀ ਸਹਿਯੋਗ ਨਾਲ ਪੰਜਾਬ ਪੁਲਿਸ ਦੀ ਇਹ ਡੋਰ ਟੂ ਡੋਰ ਮੁਹਿੰਮ ਜਾਰੀ ਹੈ। ਨਵਾਂ ਸ਼ਹਿਰ ਵਿੱਚ ਪੁਲਿਸ ਪਹਿਲਾਂ ਪੰਚਾਇਤ ਦੀ ਮਦਦ ਨਾਲ ਪਿੰਡ ਵਿੱਚਲੇ ਲੋੜਵੰਦ ਬਜ਼ੁਰਗਾਂ ਦੇ ਘਰਾਂ ਦੀ شناخت ਕਰਦੀ ਹੈ ਅਤੇ ਫਿਰ ਪੁਲਿਸ ਦੇ ਜਵਾਨ ਇਹਨਾਂ ਘਰਾਂ 'ਚ ਜਾਂਦੇ ਹਨ ਅਤੇ ਉਹਨਾਂ ਦੇ ਲੋੜ ਦੇ ਸਬੰਧ ਦੀ ਲਿਸਟ ਬਣਦੀ ਹੈ। ਇਸ ਡੋਰ ਸਟੈਪ ਸਰਵਿਸ ਵਿੱਚ ਖਾਣਾ, ਸੁੱਕਾ ਰਾਸ਼ਨ ਦਵਾਈਆਂ ਫੋਨ ਰੀਚਾਰਜ ਕੈ ਸਿਲੰਡਰ ਸਮੇਤ ਲੋੜ ਦਾ ਹਰ ਸਮਾਨ ਹੁੰਦਾ ਹੈ ਹੁਣ ਤੱਕ 57 ਤੋਂ ਵੱਧ ਅਜਿਹੇ ਲੋੜਬੰਦ ਬਜ਼ੁਰਗਾਂ ਦੀ ਪਛਾਣ ਕਰ ਉਹਨਾਂ ਤੱਕ ਲੋੜ ਦਾ ਹਰ ਸਮਾਨ ਪੁਛਦਾ ਕੀਤਾ ਜਾ ਚੁੱਕਾ ਹੈ ਕਰਮੀ ਨਾਮੀ ਇੱਕ ਬਜ਼ੁਰਗ ਔਰਤ ਦਾ ਕਹਿਣਾ ਹੈ ਕਿ ਇੱਕ ਪੁਲਿਸ ਵਾਲਾ ਆਇਆ ਸੀ ਮੈਨੂੰ ਲੋੜ ਦਾ ਹਰ ਸਮਾਨ ਦੇ ਗਿਆ ਹੋਰ ਬਜ਼ੁਰਗਾਂ ਦਾ ਵੀ ਕਹਿਣਾ ਹੈ ਕਿ ਇਸ ਔਖੀ ਘੜੀ ਵਿੱਚ ਅਸੀਂ ਬਿਲਕੁਲ ਇਕੱਲੇ ਅਤੇ ਬੇਸਹਾਰਾ ਮਹਿਸੂਸ ਕਰ ਰਹੇ ਸੀ ਪਰ ਪੁਲਿਸ ਦੇ ਜਵਾਨ ਸਾਡੇ ਮਦਦਗਾਰ ਬਣ ਕੇ ਸਾਹਮਣੇ ਆ ਰਹੇ ਹਨ ਸਾਨੂੰ ਲੋੜ ਦਾ ਹਰ ਸਮਾਨ ਸਾਡੇ ਦਰਵਾਜ਼ੇ ਉਪਰ ਹੀ ਮਿਲ ਰਿਹਾ ਹੈ ਸਿਪਾਹੀ ਬਲਵਿੰਦਰ ਸਿੰਘ ਹੁਣ ਤੱਕ ਕਈ ਬਜ਼ੁਰਗਾਂ ਤੱਕੇ ਮਦਦ ਪੁਛਦੀ ਕਰ ਚੁੱਕੇ ਹਨ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਇਸ ਵੇਲੇ ਹਜ਼ਾਰਾਂ ਬੇਸਹਾਰਾ ਬਜ਼ੁਰਗ ਹਨ ਜੋ ਮਦਦ ਦੇ ਇੰਤਜ਼ਾਰ ਵਿੱਚ ਹਨ ਇਹਨਾਂ ਚੋਂ ਕਈ ਸਰੀਰਕ ਤੌਰ ਤਿਆ ਸਮਰਥਨ ਉਹਨਾਂ ਨੂੰ ਵੇਖਣ ਵਾਲਾ ਕੋਈ ਨਹੀਂ ਸਾਡੀ ਇੱਕ ਕੋਸ਼ਿਸ਼ ਹੈ ਕਿ ਉਹਨੂੰ ਰਾਸ਼ਨ ਦਵਾਈਆਂ ਸਮੇਤ ਲੋੜ ਦਾ ਹਰ ਸਮਾਨ ਪਹੁੰਚਾਈਏ ਨਾਲ ਹੀ ਅਸੀਂ ਉਹਨੂੰ ਆਪਣਾ ਮੋਬਾਈਲ ਨੰਬਰ ਦਿੰਦੇ ਹਾਂ ਤਾਂ ਜੋ ਉਹਨਾਂ ਨੂੰ ਲੋੜ ਪਵੇ ਤਾਂ ਉਹ ਕਿਸੇ ਵੀ ਵੇਲੇ ਸਾਨੂੰ ਸੰਪਰਕ ਕਰ ਸਕਦੇ ਹਨ ਨਵਾਂ ਸ਼ਹਿਰ ਤੋਂ ਐਸਐਸਪੀ ਅਲਕਾਮੀਨਾਂ ਦਾ ਕਹਿਣਾ ਹੈ ਕਿ ਪਾਸਪੋਰਟ ਵੈਰੀਫਿਕੇਸ਼ਨ ਆਫਿਸ ਤੋਂ ਇਹਨਾਂ ਬਜ਼ੁਰਗਾਂ ਦੀ ਸਾਰੀ ਡਿਟੇਲ ਲਈ ਜਾ ਰਹੀ ਹੈ ਅਤੇ ਇਸ ਲਈ ਇੱਕ ਨੋਡਲ ਅਫਸਰ ਵੀ ਨਿਯੁਕਤ ਕੀਤਾ ਗਿਆ ਹੈ ਸਾਡੀ ਇਹ ਕੋਸ਼ਿਸ਼ ਹੈ ਕਿ ਨਾ ਲੋੜਵੰਦ ਬਜ਼ੁਰਗਾਂ ਤੱਕ ਹਰ ਮਦਦ ਪਹੁੰਚਦੀ ਕਰੀਏ ਇਹਨਾਂ ਚੋਂ ਬਹੁਤਿਆਂ ਦੇ ਪੁੱਤ ਪਰਿਵਾਰ ਵਿਦੇਸ਼ਾਂ ਚ ਹਨ ਇੱਥੇ ਇਕੱਲੇ ਹਨ ਹੈਲਪਿੰਗ ਹੈਂਡ ਨੂੰ ਕਈ ਪਤਵੰਤੇ ਸੱਜਣਾ ਸਮੇਤ ਪੁਲਿਸ ਅਫਸਰਾਂ ਤੋਂ ਦਾਨ ਮਿਲ ਰਿਹਾ ਹੈ ਨੋ ਵਨ ਸਲੀਪ ਹੈਂਗਰੀ ਮੁਹਿੰਮ ਤਹਿਤ ਹੁਣ ਤੱਕ ਪੁਲਿਸ 6700 ਰਾਸ਼ਨ ਕਿੱਟ ਬਣ ਚੁੱਕੀ ਹੈ ਇਸ ਦੇ ਨਾਲ ਹੀ ਲੋਕਾਂ ਨੂੰ ਘਰਾਂ ਵਿੱਚ ਰਹਿਣ ਲਈ ਜਾਗਰੂਕ ਕਰਨ ਵਾਸਤੇ ਵੀ ਬਾਲੀਵੁੱਡ ਸਟਾਈਲ ਚ ਅਪੀਲ ਕੀਤੀ ਜਾ ਰਹੀ ਹੈ ਵੰਡਰਮੈਨ ਥਾਮਸਨ ਸਾਊਥ ਏਸ਼ੀਆ ਟੀਮ ਵੱਲੋਂ ਕਲਾਸਿਕਲ ਬਾਲੀਵੁੱਡ Song टीम जरगे ਲੋਕਾਂ ਨੂੰ ਇਹ ਸਨੇਹਾ ਦਿੱਤਾ ਜਾ ਰਿਹਾ ਹੈ ਪੁਲਿਸ ਦੇ ਜਵਾਨਾਂ ਦੇ ਡੰਡੇ ਮਾਰਨ ਦੀਆਂ ਤਸਵੀਰਾਂ ਤੁਸੀਂ ਸੋਸ਼ਲ ਮੀਡੀਆ ਤੇ ਆਮ ਵੇਖੀਆਂ ਹੋਣਗੀਆਂ ਪਰ ਇੱਕ ਪਹਿਲੂ ਇਹ ਵੀ ਹੈ ਉਹ ਹਰ ਥਾਂ ਮਦਦ ਪਹੁੰਚਾ ਰਹੇ ਨੇ ਲੋੜਵੰਦਾਂ ਦਾ ਸਹਾਰਾ ਵੀ ਬਣ ਰਹੇ ਨੇ ਇਸ ਆਉਂਕੀ ਘੜੀ ਵਿੱਚ ਇਹਨਾਂ ਬਜ਼ੁਰਗਾਂ ਦਾ ਸਹਾਰਾ ਬਣੇ ਜਿਨ੍ਹਾਂ ਨੂੰ ਅਸਲ ਵਿੱਚ ਮਦਦ ਦੀ ਲੋੜ ਹੈ ਤਾਂ ਨਾਲ ਹੀ ਲੋਕਾਂ ਨੂੰ ਜਾਗਰੂਕ ਵੀ ਕਰ ਰਹੇ ਨੇ ਜੇਕਰ ਤੁਹਾਨੂੰ ਸਾਡਾ ਇਹ ਅਪਰਾਹਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ